ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੀ YouTube ਚੈਨਲ ਅਤੇ Facebook ਪੇਜ ਤੇ ਸਵਾਗਤ ਹੈ ਅੱਜ ਜਿਹੜੀਆਂ ਆਪਾਂ ਵੀਡੀਓ ਲੈ ਕੇ ਆਏ ਆ ਪਟਿਆਲਾ ਸ਼ਹੀ ਪਗ ਜਿੱਲ੍ਹਾ ਤੋਂ ਸਾਡੇ 7 ਮੀਟਰ ਹੈ ਜਿਹੜਾ ਕਪੜਾ ਆਪਾਂ ਫੋਲ ਵਲਵਾਤੇ ਆ ਤੇ ਜਿਹੜਾ ਆਪਾਂ ਪੱਲਾ ਲਾੜ ਲਾਉਣਾ ਸੱਜ ਦੇ ਸੈਂਟਰ ਚੋਂ ਲਿਆ ਕੇ ਲੜਨੂੰ ਪੂਣੀ ਦਾ ਖੋਲ ਤਾਂ ਥੱਲੇ ਰੱਖ ਕੇ ਬੰਦ ਪਸਾ ਉੱਤਰਾ ਕੇ ਜਿਹੜੇ ਆਪਾਂ ਦੋਈ ਲੜ ਇਕੱਠੇ ਕਰ ਲੈਣੇ ਨੇ ਇਕੱਠੇ ਕਰਕੇ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰ ਲੈਣਾ ਤੇ ਫੋਲਡ ਕਰਕੇ ਥੋੜਾ ਜਿਹਾ ਆਪਾਂ ਜਿਹੜਾ ਲੜ ਨੂੰ ਤੋਦਾ ਬਗੇ ਤੇ ਚੰਗੀ ਤਰ੍ਹਾਂ ਜਿਹੜਾ ਸਾਫ਼ ਕਰਕੇ ਤੇ ਅੱਧੀ ਅੱਧੀ ਗਲਟਾ ਜਿਹੜਾ ਲੜ ਨੂੰ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲੜ ਲਾਉਣਾ ਲੜ ਨੂੰ ਬੈਕ ਟੂ ਪੈਂਚ ਕਰਕੇ ਪੂਣੀ ਦਾ ਹੌਲਦਾ ਥੱਲੇ ਰੱਖ ਕੇ ਬੰਦ ਬਸਾ ਤੜਾ ਕੇ ਦੋਵੇਂ ਪੱਲੇ ਵਿਚੜੇ ਆਪਾਂ ਪਹਿਲੇ ਪੱਲੇ ਜਿਆਦਾ ਖੋਲ ਕੇ ਤੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਸੈਟ ਕਰਕੇ ਤੇ ਇੱਕ ਇੱਕ ਵਾਰ ਫੋਲਡ ਕਰਕੇ ਜੇ ਤੁਹਾਡਾ ਲੜ ਇੱਕ ਵਾਰ ਫੋਲਡ ਕਰੇ ਤੇ ਮਟਾਈ ਚਾ ਜਾਂਦਾ ਹੈ ਤਾਂ ਉਸ ਨੂੰ ਉਸੇ ਤਰੀਕੇ ਨਾਲ ਸਾਫ਼ ਕਰਕੇ ਲਗਾ ਸਕਦੇ ਹੋ ਜੇ ਤੁਹਾਡਾ ਲੜ ਤੁਜੀ ਇੱਕ ਵਾਰ ਫੋਲਡ ਕਰੇ ਤੇ ਨਹੀਂ ਮਟਾਈ ਚੋਂਦਾ ਤਾਂ ਉਸ ਨੂੰ ਦੋ ਵਾਰ ਫੋਲਡ ਕਰਕੇ ਤੇ ਉਸ ਵਿੱਚੋਂ ਚੰਗੀ ਤਰ੍ਹਾਂ ਜਿਹੜੀ ਵਾਲ ਕੱਢ ਕੇ ਲੜ ਨੂੰ ਮਟਾਈ ਚਾ ਕਰਕੇ ਜਿਹੜਾ ਲੜ ਨੂੰ ਸਾਫ਼ ਕਰਕੇ ਜਿੰਨਾ ਤੇ ਇਹਦਾ فاਸਲਾ ਰੱਖਣਾ ਚਾਹੁੰਦੇ ਤੁਸੀਂ ਉਹਨਾਂ ਦਾ فاਸਲਾ ਰੱਖ ਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ ਅਗਲਾ ਲੜ ਲਾਉਣਾ ਹੈ ਜਿਹੜਾ ਆਪਾਂ ਨੇ ਉਹ ਜਿਹੜਾ ਲੜ ਨੂੰ ਬੈਕ ਤੋਂ ਪਿੰਚ ਕਰ ਲੈਣਾ ਹੈ ਪੁਆਇੰਟ ਦਾ ਹਲਦਾ ਥੱਲੇ ਰੱਖ ਕੇ ਬੰਦ ਬਸ ਉੱਤੇ ਰੱਖ ਕੇ ਪਹਿਲੇ ਪਲੇਅਰ ਨੂੰ ਆਪ ਜਿਹੜਾ ਦੂਜੇ ਪਲੇਅਰ ਨਾਲ ਵੱਟ ਖੋਲ ਕੇ ਤੇ ਇੱਕ ਵਾਰ ਜਿਹੜਾ ਲੜ ਨੂੰ ਫੋੜ ਕਰਨਾ ਹੈ ਫੋੜ ਕਰਕੇ ਤੇ ਜਿਹੜੇ ਉਸ ਵੇਲੇ ਜਿਹੜੇ ਬਾਲ ਹੋਣਗੇ ਉਹਨਾਂ ਨੂੰ ਆਪ ਥੱਲੇ ਵੱਲ ਖਿੱਚ ਕੇ ਫਿਰ ਡਬਲ ਫੋੜ ਕਰਕੇ ਤੇ ਉਤੋਂ ਜਿਹੜਾ ਲੜ ਨੂੰ ਡੱਬ ਕੇ ਤੇ ਪ੍ਰੈਸ ਕਰਕੇ ਤੇ ਸਾਬ ਕਰਕੇ ਤੇ ਜਿੰਨਾ ਤੁਸੀਂ ਉਹਦਾ ਦੂਜੇ ਲੜ ਦਾ ਫਾਸਲਾ ਧੱਕੇ ਉਹਨਾਂ ਹੀ ਤੁਸੀਂ ਤੀਜੇ ਲੜ ਦਾ ਫਾਸਲਾ ਰੱਖ ਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ ਜਿਹੜਾ ਆਪ ਅਗਰ ਲੜ ਲਾੜ ਲਾਉਣਾ ਲੜ ਨੂੰ ਬੈਗ ਤੋਂ ਪੈਂਚ ਕਰਕੇ ਪੋਣੀ ਦਾ ਖੋਦਾ ਥੱਲੇ ਰੱਖ ਕੇ ਬੰਦ ਪਾਸਾ ਉਤਰਾ ਕੇ ਜਿਹੜੇ ਆਪਾਂ ਪਹਿਲੇ ਪੱਲੇ ਨੂੰ ਥੋੜਾ ਜਿਆਦਾ ਗੋਲਾਗੇ ਤੇ ਦੂਜੇ ਪੱਲੇ ਨੂੰ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਤੇ ਜਿਹੜਾ ਦੋ ਵਾਰ ਲੜ ਨੂੰ ਫੋੜ ਕਰਕੇ ਤੇ ਡਬਲ ਫੋੜ ਕਰਕੇ ਜਿਹੜਾ ਲੜ ਨੂੰ ਸਾਫ ਕਰਕੇ ਤੇ ਜਿੰਨਾ ਤੁਸੀਂ ਉਹਦਾ ਤੀਜਾ ਲੜਦਾ ਫਾਂਡਲ ਰੱਖਿਆ ਹੀ ਬਾਕੀ ਲੜਾਂ ਦੇ ਬਰਾਬਰ ਉਹਦਾ ਫਾਸ ਜਿਹੜਾ ਲੜਦਾ ਸੈਟ ਕਰਕੇ ਤੇ ਸਾਫ ਕਰਕੇ ਜਿਹੜਾ ਲੜਨ ਨੂੰ ਪ੍ਰੈਸ ਕਰਕੇ ਲਗਾ ਦੇਣਾ ਹੈ ਆਪਾਂ ਜਿੰਨੀ ਉਹਦੀ ਨੁਕਤ ਚੜਾਈ ਰੱਖੀ ਆ ਉਹ ਤੇ ਗਾਹਾਂ ਜਾ ਕੇ ਜਿਹੜੀ ਆਪਾਂ ਜੀ ਚੜਾਈ ਵਧਾ ਦੇਣੀ ਹੈ ਤਾਂ ਜਿਹੜਾ ਸੋਚ ਕੋਈ ਡੰਗ ਨਾ ਪਵੇ ਤੇ ਚਾਹੇ ਕਿ ਤਰ੍ਹਾਂ ਜਿਹੜੇ ਆਪਣੇ ਲੜਨ ਆਏ ਸੀ ਹੁਣ ਉਹਨਾਂ ਦੇ ਵਿੱਚ ਜਿਹੜਾ ਆਪਾਂ ਆਵਾਜ਼ ਫੇਰਨਾ ਹੈ ਜਿਹੜਾ ਆਪਾਂ ਅਗਲਾ ਲੜ ਲਾੜ ਲਉਣਾ ਹੈ ਲੜ ਨੂੰ ਬੈਗ ਤੋਂ ਪਿੰਚ ਕਰਕੇ ਪੁਣੀ ਦਾ ਹੌਲ ਦਾ ਥੱਲੇ ਰੱਖ ਕੇ ਵੰਦਪਾਹ ਉੱਤੇ ਰੱਖ ਕੇ ਦੋ ਹੀ ਪਲੇ ਜਿਹੜੇ ਪਹਿਲੇ ਪਲੇ ਨੂੰ ਜ਼ਿਆਦਾ ਖੋਲ ਕੇ ਦੂਜੇ ਪਲੇ ਨੂੰ ਜਿਹੜਾ ਨਾ ਦੂਜੇ ਪਲੇ ਨੂੰ ਜਿਹੜਾ ਪਰ ਮੋਟਾਈ ਵਾਲੇ ਪਾਸੇ ਨਾਲ ਜੋੜ ਕੇ ਤੇ ਉੱਤੇ ਜਿਹੜਾ ਲੜ ਨੂੰ ਸੈਟ ਕਰਕੇ ਤੇ ਚੰਗੀ ਤਰ੍ਹਾਂ ਲੜ ਨੂੰ ਡਬਲ ਫੋਰਡ ਘਾ ਲੈਣਾ ਹੈ ਫੋਰਡ ਕਰਕੇ ਤੇ ਚੰਗੀ ਤਰ੍ਹਾਂ ਪ੍ਰੈਸ ਕਰਕੇ ਤੇ ਆਪਣੀ ਉਹਦੀ ਆਪਣਾ ਦਾ ਫਾਂਸਾ ਜਿਹੜਾ ਸੈਟ ਕਰਕੇ ਜਿਹੜਾ ਲੜ ਨੂੰ ਸਾਫ਼ ਕਰਕੇ ਲਗਾ ਦੇਣਾ ਹੈ ਇਹ ਜਿਹੜੇ ਵੀ ਸਾਡੇ YouTube ਚੈਨਲ ਉੱਤੇ ਨਵੇਂ ਹਨ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜਰੂ ਕਰਿਓ ਅਤੇ ਜਿਹੜੇ ਵੀ ਸਾਡੇ Facebook ਪੇਜ ਤੇ ਨਵੇਂ ਹਨ ਉਹ ਸਾਡੇ Facebook ਪੇਜ ਨੂੰ ਫੋਲੋ ਜਰੂ ਕਰਿਓ ਜਿਹੜਾ ਆਪਾਂ ਅਗਲਾ ਲੜਣਾ ਹੈ ਮਾੜਾ ਜਿਹੜਾ ਆਪਾਂ ਲੜ ਨੂੰ ਵੈਕ ਤੇ ਪਿੰਚ ਕਰਕੇ ਪੂਣੀ ਦਾ ਹੌਲ ਦਾ ਥਲੇ ਰੱਖ ਕੇ ਪਹਿਲੇ ਬਲੈਂਡਰ ਆਪਾਂ ਜਿਆਦਾ ਹੌਲ ਕੇ ਤੇ ਦੂਜੇ ਪਲੇਨਾ ਆਪਾਂ ਮਟਾਈ ਵਾਲੇ ਪਾਸੇ ਜੋੜ ਕੇ ਤੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਉਤੋਂ ਸਟ ਕਰਕੇ ਤੇ ਥੱਲੇ ਸਟਾ ਕਰਕੇ ਤੇ ਡਬਲ ਫੋਲਡ ਕਰਕੇ ਜਿਹੜਾ ਲੜ ਨੂੰ ਪ੍ਰੈਸ ਕਰਕੇ ਤੇ ਆਪਣੀ ਨੋਕ ਸੈੱਟ ਕਰਕੇ ਤੇ ਆਪਾਂ ਨੱਕ ਦੀ ਜਿਹੜਾ ਲੜ ਨੂੰ ਫੋਲਡ ਕਰਨਾ ਹੈ ਤੇ ਆਪਣੀ ਸ਼ੇਪ ਹੈ ਜਿਹੜੀ ਉਹ ਵੀ ਆਪਾਂ ਸਟਾ ਕਰਕੇ ਤੇ ਚੰਗੀ ਤਰ੍ਹਾਂ ਜਿਹੜਾ ਆਪਾਂ ਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਤੇ ਜਿਹੜੇ ਹੁਣ ਆਪਾਂ ਲੜ ਲੈਨੇ ਉਹਨਾਂ ਵਿੱਚ ਜਿਹੜਾ ਵਾਇਫਰ ਹੈ ਨਾ ਤੇ ਉਹਨਾਂ ਵਿੱਚ ਸਫਾਈ ਕਰਨੀ ਹੈ ਤੇ ਉੱਤਲੇ ਲੜਾਂ ਦੀ ਵੀ ਜਿਹੜਾ ਆਪਾਂ ਸਫਾਈ ਉਹ ਕਰ ਲੈਣੀ ਹੈ ਤੇ ਆਪਣੀ ਨੋਕ ਸੈੱਟ ਕਰ ਲੈਣੀ ਹੈ ਤੇ ਜਿਸ ਤੱਕ ਤੇ ਵਾਲ ਹੋਣਗੇ ਉੱਥੇ ਆਪਾਂ ਜਿਹੜਾ ਆਪਣਾ ਵਾਈਫੇਰ ਕੇ ਆਪਣੇ ਵਾਲ ਨੂੰ ਕੱਢ ਲੈਣੇ ਹਨ ਤੇ ਜੇ ਕੋਈ ਲੜ ਜਿਆਦਾ ਮਟਾਈ ਹੋਵੇਗਾ ਤਾਂ ਉਸ ਪਰ ਜਿਹੜਾ ਬਵਾਰ ਨਾਲ ਪ੍ਰੈਸ ਕਰਕੇ ਜਿਹੜੀ ਆਪਣੀ ਮਟਾਈ ਉਹ ਆਪਾਂ ਸੈੱਟ ਕਰਨੀ ਹੈ ਤੇ ਜੰਗੀਤ ਨਾਲ ਇਹ ਮੈਂ ਬਾਕੀ ਭਾਗ ਜਿਹੜਾ ਸ਼ੇਅਰਿੰਗ ਕਰਕੇ ਜਿਹੜਾ ਆਪਾਂ ਪੱਗ 'ਤੇ ਲਗਾਉਣਾ ਹੈ ਨੱਕ ਦੀ ਹੀ ਵੀ ਜਿਹੜਾ ਆਪਾਂ ਪੱਗ 'ਤੇ ਲਗਾਉਣਾ ਹੈ ਜਿੱਥੇ ਆਪਾਂ ਸਿੰਮਲੜ ਫੋਲਡ ਕਰੀ ਉਹ ਤੋਂ ਥੋੜਾ ਜਿਹਾ ਆਪਾਂ ਗੈਪ ਛਾ ਕੇ ਜਿਹੜਾ ਲੜ ਨੂੰ ਪੱਗ 'ਤੇ ਨੂੰ ਲੋਟ ਕਰਕੇ ਲਗਾ ਦੇਣਾ ਹੈ ਜਿਹੜਾ ਆਪਾਂ ਕਲਗੀ ਲੜ ਲਾਉਣਾ ਹੈ ਅੱਧਾ ਉੱਤੇ ਅੱਧਾ ਥੱਲੇ ਫੋਲਡ ਕਰਕੇ ਜਿਹੜਾ ਲੜ ਨੂੰ ਬੈਗ ਤੋਂ ਚੜਾਈ ਬੈਗ ਤੋਂ ਚੜਾਈ ਚੁਲੇ ਆ ਕੇ ਮੋੜ ਲੈ ਕੇ ਜਿਹੜੀ ਆਪਾਂ ਦੀ ਚੜਾਈ ਘਟਾ ਦੇਣੀ ਹੈ ਤੇ ਇੱਕ ਵਾਰ ਜਿਹੜਾ ਲੜ ਨੂੰ ਥੱਲੇ ਫੋਲਡ ਕਰਕੇ ਤੇ ਇੱਕ ਵਾਰ ਉੱਪਰੋਂ ਫੋਲਡ ਕਰਕੇ ਥੋੜਾ ਆ ਤੇ ਉਸ ਵਿੱਚੋਂ ਜਿਹੜੇ ਚੰਗੀ ਤਰ੍ਹਾਂ ਬਲ ਕਰ ਲੈਣ ਤੇ ਚੰਗੀ ਤਰ੍ਹਾਂ ਨਾਲ ਦੇ ਨਾਲ ਪ੍ਰੈਸ ਕਰਕੇ ਤੇ ਪੱਗ ਪਿੰਦੇ ਥੱਲੇ ਰੱਖ ਕੇ ਜਿਹੜਾ ਲੜ ਨੂੰ ਫਰੰਟ ਵਾਲ ਨੂੰ ਮੋੜ ਦੇਣਾ ਹੈ ਤੇ ਚੰਗੀ ਤਰ੍ਹਾਂ ਜਿਹੜਾ ਉਸ ਲੜ ਵਿੱਚ ਜਿਹੜੀ ਸਫਾਈ ਕਰਕੇ ਤੇ ਜਿਹੜੇ ਜਿੱਥੋਂ ਆਪਾਂ ਸਿਮਲਰ ਫੋਲਡ ਕਰੇ ਜਿਹੜੇ ਉੱਤੇ ਬਲ ਹੋਣਗੇ ਉਹਨਾਂ ਦਾ ਬਾਹਰ ਨਾ ਕੱਟ ਗਏ ਚੰਗੀ ਤਰ੍ਹਾਂ ਜਿਹੜੇ ਹੁਣੇ ਲੜ ਨੂੰ ਸੈਟ ਕਰਕੇ ਜਿੰਨੀ ਤੁਸੀਂ ਉਹਦੀ ਚੜਾਈ ਰੱਖਣਾ ਚਾਹੁੰਦੇ ਤੁਸੀਂ ਉਹਦੀ ਉਹਦੀ ਚੜਾਈ ਰੱਖ ਕੇੜਾ ਲੜ ਨੂੰ ਦੱਬਣਾ ਹੈ ਜਿਹੜੀ ਆਪਣੀ ਸ਼ੇਪ ਉਹ ਵੀ ਆਪਾਂ ਸੈਟ ਕਰ ਲੈਣੀ ਹੈ ਤੇ ਚ ਕਿਦਾਂ ਜਿਹੜਾ ਆਪਾਂ ਉਸ ਲੜ ਨੂੰ ਦੱਬ ਲੈਣਾ ਹੈ ਤੇ ਇੱਕ ਵਾਰ ਜਿਹੜਾ ਫਰਾਂਡ ਨੂੰ ਦੱਬ ਕੇ ਲੜ ਨੂੰ ਬਾਅਦ ਤੇ ਗਾਹਾਂ ਜਾ ਕੇ ਜਿਹੜਾ ਪਲੜ ਨੂੰ ਫਲਾ ਦੇਣਾ ਹੈ ਵੀਡੀਓ ਵਿੱਚ ਵੱਧ ਤੋਂ ਵਾਸੇ ਜੂ ਕਰਿਓ ਤਾਂ ਜਿਹੜੇ ਬਿਰਾਂ ਨੂੰ ਪਟਿਆਲਾ ਸ਼ਾਹੀ ਪੱਗ ਮਣਨ ਵਿੱਚ ਕੋਈ ਬਣਾਉਂਦੀ ਆ ਪ੍ਰੋਬਲਮ ਉਹਦੀ ਹੈ ਤਾਂ ਇਸ ਵੀਡੀਓ ਦੇਖ ਕੇ ਜਿਹੜੀ ਆਪਣੀ ਪ੍ਰੋਬਲਮ ਦਾ ਸੋਲੂਸ਼ਨ ਕਰ ਲੈਣਾ ਤੇ ਆਪਾਂ ਬਾਕੀ ਪਾਗ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਹੈ ਤੇ ਜਿੱਥੇ ਕਿਤੇ ਵਾਲਾਂ ਨੂੰ ਤੇ ਆਪਾਂ ਜਿਹੜਾ ਵਾਇਰ ਫੇਰ ਕੇ ਆਪਣੇ ਵਾਲ ਨੂੰ ਕੱਢ ਲੈਣਾ ਹੈ ਨਾ ਤੇ ਚੰਗੀ ਤਰ੍ਹਾਂ ਆਪਾਂ ਬਾਕੀ ਪਾਗ ਦੀ ਸੈਟਿੰਗ ਕਰਕੇ ਤੇ ਬਾਅਦ ਫਿਰ ਕਿਹੜੇ ਆਪਣੇ ਵਾਲ ਨੂੰ ਕੱਢ ਲੈਣ ਜਿਹੜਾ ਆਪਾਂ ਸਿਰ ਟਕਣਾ ਜਿਹੜਾ ਆਪਾਂ ਪਹਿਲਾਂ ਲਾਈ ਸਦੇ ਸੈਂਟਰ ਤੋਂ ਉਹਨੂੰ ਵੈਕ ਤੋਂ ਗਈ ਚਾ ਚੰਗੀ ਤਰ੍ਹਾਂ ਚਾਰੇ ਪਾਸੇ ਫਲਾ ਲੈਣਾ ਫਿਰ ਇਸ ਨੂੰ ਇੱਕ ਵਾਰ ਖਿੱਚ ਕੇ ਤੇ ਚੰਗੀ ਤਰ੍ਹਾਂ ਫੇਰ ਫਲਾ ਕੇ ਤੇ ਜਿੱਥੇ ਕੋਈ ਤਸੜ ਨੰਗਾ ਰਹਿੰਦਾ ਉੱਥੇ ਆਪਾਂ ਬਾਨ ਆ ਆ ਹੱਥ ਨਾਲ ਜਾਂ ਡਬਲ ਸਿਸ਼ੇ ਦੀ ਕਿਹੜੇ ਆਪਣਾ ਸਿਰ ਨੂੰ ਕਵਰ ਕਰ ਸਕਦੇ ਹੋ ਤੇ ਇੱਕ ਪਹਿਲਾ ਪੇਚਾ ਵਾਲੀ ਉੱਤਲੇ ਪੇਚਾ ਵਾਲੀ ਸਾਈਡ ਤੋਂ ਜਿਹੜਾ ਸਿਰ ਨੂੰ ਕਵਰ ਕਰਕੇ ਜਿਹੜਾ ਲੜ ਨੂੰ ਲਗਾ ਲੈਣਾ ਹੈ ਜਲਦੀ ਨਮੋਈ ਲੇ ਕੇ ਹਾਜ਼ਰ ਹੋਣੀਆਂ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ